ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨੌਰਥ ਅਮਰੀਕਾ ਨਿਊਜ਼ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਅਤੇ ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ। ਸਿੱਖ ਯੂਥ ਆਫ ਐਡਮਿੰਟਨ ਵੱਲੋਂ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਅਤੇ ਦੁਮਾਲਾ ਮੁਕਾਬਲੇ 24 ਅਗਸਤ ਦਿਨ ਸ਼ਨੀਵਾਰ ਨੂੰ ਸਿਲਵਰ ਵੈਲੀ ਪਾਰਕ ਐਡਮਿੰਟਨ ਵਿਖੇ ਕਰਵਾਏ ਗਏ। ਇਸ ਮੌਕੇ ਐਡਮਿੰਟਨ ਦੀਆਂ ਸੰਗਤਾਂ ਨੇ ਭਾਰੀ ਉਤਸ਼ਾਹ ਦੇ ਨਾਲ ਸ਼ਮੂਲੀਅਤ ਕੀਤੀ। ਨੌਜਵਾਨ ਅਤੇ ਬੱਚਿਆਂ ਨੇ ਦਸਤਾਰ ਮੁਕਾਬਲਿਆਂ ਵਿੱਚ ਭਾਗ ਲਿਆ। ਕਵੀਸ਼ਰੀ ਜਥਿਆਂ ਨੇ ਇਸ ਮੌਕੇ ਸਿੱਖੀ ਪ੍ਰੇਮ ਦੀਆਂ ਕਵੀਸ਼ਰੀਆਂ ਦੇ ਗਾਇਨ ਦੇ ਨਾਲ ਇੱਕ ਵੱਖਰਾ ਹੀ ਵਾਤਾਵਰਣ ਸਿਰਜ ਦਿੱਤਾ। ਸੀਤਾ ਦੀਆਂ ਰਾਮ ਬਾਪ ਨੂੰ ਪੁੱਤਰ ਦੇਣ ਗਵਾਈਆਂ, ਭਾਗ ਭਰੀ ਤ੍ਰਿਪਤਾ ਨੂੰ ਸਾਡੀਆਂ ਲੱਖ ਲੱਖ ਹੋਰ ਵਧਾਈਆਂ। ਧਰਮ ਪਿੱਛੇ ਮਰਨ ਵਿੱਚ ਦਸ਼ਮੇਸ਼ ਦੇ ਦੁਲਾਰਿਆਂ ਦੀ ਜਿੰਦ ਲਈ ਸਕੂਨ ਹੈ, ਜਾਨ ਲਈ ਸਕੂਨ ਹੈ, ਕੋਈ ਜ਼ੁਲਮ ਕੋਈ ਸਿਤਮ ਸਾਨੂੰ ਚੁਕਾ ਸਕਦਾ ਨਹੀਂ, ਸਾਨੂੰ ਮੁਕਾ ਸਕਦਾ ਨਹੀਂ, ਕਿਉਂਕਿ ਸਾਡੀਆਂ ਰਗਾਂ ਚ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ। ਤੇ ਆਓ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ, ਬਹੁਤ ਵੱਡੇ ਭਾਗਾਂ ਵਾਲੇ ਹੋ ਤੇ ਵੱਡਾ ਮਾਣ ਹੈ ਐਡਮਿੰਟਨ ਵਾਲਿਆਂ ਨੂੰ। ਸਿੱਖ ਯੂਥ ਆਫ ਐਡਮਿੰਟਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਬਹੁਤ ਵੱਡਾ ਵਰਲਡ ਦਾ ਪੋਟਿਆਂ ਦੇ ਉੱਤੇ ਗਿਣਿਆ ਜਾਣ ਵਾਲਾ ਦਸਤਾਰ ਮੁਕਾਬਲਾ, ਪੋਟਿਆਂ ਦੇ ਉੱਤੇ ਗਿਣਿਆ ਜਾਣ ਵਾਲਾ ਦੁਮਾਲਾ ਮੁਕਾਬਲਾ ਵੱਡੇ ਪੱਧਰ ਦੇ ਉੱਤੇ ਤੁਸੀਂ ਹਾਜ਼ਰੀਆਂ ਭਰ ਰਹੇ ਹੋ। ਤੇ ਇਹਨਾਂ ਵੀਰਾਂ ਦਾ ਹੈ ਵੱਡਾ ਉਪਰਾਲਾ ਜਿੱਥੇ ਉਹਨਾਂ ਮਰਦ ਯੋਧਿਆਂ ਨੂੰ ਬੱਬਰ ਸ਼ੇਰਾਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਸਿੱਖ ਸੰਘਰਸ਼ ਦੇ ਅੰਦਰ 20ਵੀਂ ਸਦੀ ਦੇ ਅੰਦਰ ਆਪਣੀਆਂ ਜਾਨ ਦੀਆਂ ਬਾਜ਼ੀਆਂ ਲਗਾ ਦਿੱਤੀਆਂ। ਜਾਗਰਤੀ ਪੈਦਾ ਹੁੰਦੀ ਹੈ ਸਿੱਖ ਬੱਚਿਆਂ ਨੂੰ, ਜੋ ਬਾਬਾ ਫਤਿਹ ਸਿੰਘ ਜੀ ਸਾਹਿਬਜ਼ਾਦਿਆਂ ਵਿੱਚੋਂ ਜਿਨ੍ਹਾਂ ਨੇ ਇਹ ਦੁਬਾਲਾ ਲੈ ਕੇ ਆਏ ਸੀ ਅਨੰਦਪੁਰ ਸਾਹਿਬ ਵਿਖੇ, ਉਹਨਾਂ ਦੀ ਦੇਣ ਹੈ ਅੱਜ ਦੁਬਾਲਾ ਸਜਾ ਕੇ ਸਿੱਖ ਕੌਮ ਦੇ ਨੌਜਵਾਨ ਸਿੱਖਾਂ ਬਾਰੇ ਪ੍ਰੇਰਨਾ ਦੇ ਰਹੇ ਹਨ।
ਔਰ ਚਲਾ ਕੇ ਜੋ ਕਦਮ ਹੈ ਇਸ ਨੂੰ ਕਵਰ ਕਰ ਰਹੇ ਹਨ ਟਾਈਮ ਟੀਵੀ ਚੜ੍ਹਦੀ ਕਲਾ ਵਾਲੇ, ਉਹਨਾਂ ਦਾ ਵੀ ਧੰਨਵਾਦ ਹੈ ਬਹੁਤ ਬਹੁਤ, ਜੋ ਸਿੱਖ ਕੌਮ ਦੀ ਆਵਾਜ਼ ਸੋ ਜਨ ਰਾਜ ਨੂੰ ਮੇਰਾ ਤੱਕ ਪਹੁੰਚਾ ਰਹੇ ਹਨ। ਸੋ ਜੋ ਸਰਕਾਰ ਕਮੇਟੀ ਪੰਜਾਬ ਭਾਈ ਬਲਦੇਵ ਸਿੰਘ ਸੱਸਰ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ, ਜਿੰਨੇ ਵੀ ਗ੍ਰੰਥੀ ਸਿੰਘ ਹਨ ਪਿੰਡਾਂ ਦੇ ਉਹਨਾਂ ਦੇ ਬੱਚੇ ਪੜ੍ਹਾਉਣ ਦਾ ਸੋ ਉਪਰਾਲਾ ਸ਼ੁਰੂ ਕੀਤਾ ਹੈ। ਸੰਗਤਾਂ ਤਨ ਮਨ ਧਨ ਸਹਿਯੋਗ ਦੇਣ, ਅਰਦਾਸ ਕਰਨ, ਚੜ੍ਹਦੀ ਹੋਈ ਦੇਸ਼ ਕੌਮ ਦੀ ਸੇਵਾ ਕਰਦੀ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੂਹ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੀਆਂ ਅੱਜ ਇੱਥੇ ਦਸਤਾਰ ਅਤੇ ਦੁਮਾਲੇ ਮੁਕਾਬਲੇ ਦੇ ਵਿੱਚ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ, ਅਤੇ ਮੈਂ ਸਿੱਖ ਯੂਥ ਆਫ ਐਡਮਿੰਟਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਕ ਬਹੁਤ ਵਧੀਆ ਮੌਕਾ ਦਿੱਤਾ ਆਪਣੀਆਂ ਕਮਿਊਨਿਟੀ ਦੇ ਵਿੱਚ ਆਪਣੀਆਂ ਸੰਗਤਾਂ ਦੇ ਚਰਨ ਪਰਸਨ ਦਾ। ਅਸੀਂ ਸਮੂਹ ਗ੍ਰੇਟ ਵੇ ਫਾਈਨੈਂਸ਼ੀਅਲ ਦੀ ਟੀਮ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਅਤੇ ਮੈਂ ਨਾਲ ਆਪਣੇ ਨਾਲ ਆਪਣੇ ਲੀਡਰ ਸਾਹਿਬਾਨ ਗੁਰਦੀਪ ਸਿੰਘ ਜੀ ਅਤੇ ਟੈਰੀ ਸਿੰਘ ਜੀ ਅਤੇ ਸੁਖਜਿੰਦਰ ਸਿੰਘ ਦੋਸਾਂਝ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਇੱਕ ਮਿਸ਼ਨ ਲੈ ਕੇ ਚੱਲੇ ਹਾਂ ਆਪਣੀ ਕਮਿਊਨਿਟੀ ਦੇ ਵਿੱਚ ਹਰ ਘਰ ਦੇ ਵਿੱਚ, ਤਾਂ ਜੋ ਉਹਨਾਂ ਦਾ ਭਵਿੱਖ ਅਤੇ ਜੋ ਵਰਤਮਾਨ ਸੁਰੱਖਿਅਤ ਹੋ ਸਕੇ। ਇੰਨੀ ਮੇਰੀ ਬੇਨਤੀ ਹੈ, ਜਿਹੜੇ ਚੱਲ ਕੇ ਆਏ ਹਨ ਉਹਨਾਂ ਦਾ ਤਹਿ ਦਿਲੋਂ ਧੰਨਵਾਦ, ਅਤੇ ਇੱਕ ਵਾਰੀ ਫਿਰ ਮੈਂ ਚੜ੍ਹਦੀ ਕਲਾ ਟੀਵੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਨੂੰ ਆਪ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਤਿ ਸ਼੍ਰੀ ਅਕਾਲ ਅਤੇ ਨਮਸਤੇ ਟੂ ਐਵਰੀਵਨ। ਤੁਹਾਡਾ ਸਭ ਦਾ ਧੰਨਵਾਦ ਇੰਨਾ ਵਧੀਆ ਈਵੈਂਟ ਕ੍ਰੀਏਟ ਕਰਨ ਦਾ ਅਤੇ ਸਾਨੂੰ ਮੌਕਾ ਦੇਣ ਦਾ ਕਮਿਊਨਿਟੀ ਦੀ ਸੇਵਾ ਕਰਨ ਲਈ, ਅਤੇ ਅਸੀਂ ਤੁਹਾਡੇ ਸਭ ਦੇ ਧੰਨਵਾਦੀ ਹੈਗੇ ਹਾਂ। ਅਤੇ ਥੈਂਕ ਯੂ ਸੋ ਮੱਚ, ਦਿਸ ਇਜ਼ ਮਾਨਵ ਚੱਡਾ ਫਰੋਮ ਗ੍ਰੇਟ ਵੇ ਫਾਈਨੈਂਸ਼ੀਅਲ, ਐਂਡ ਆਵਰ ਕੰਪਨੀ ਐਂਡ ਆਵਰ ਟੀਮ ਇਜ਼ ਹਾਈਲੀ ਗ੍ਰੇਟਫੁਲ ਟੂ ਐਵਰੀ ਵਨ ਹੂ ਕ੍ਰੀਏਟਡ ਦਿਸ ਈਵੈਂਟ ਐਂਡ ਗੇਵ ਅਸ ਐਨ ਓਪਰਚੁਨਿਟੀ ਟੂ ਬੀ ਅ ਪਾਰਟ ਆਫ ਦਿਸ ਈਵੈਂਟ ਐਂਡ ਹੈਲਪ ਸਰਵ ਦ ਕਮਿਊਨਿਟੀ। ਥੈਂਕ ਯੂ, ਵੀ ਆਰ ਆਲਵੇਜ਼ ਦੇਅਰ ਟੂ ਹੈਲਪ ਯੂ, ਸਪੋਰਟ ਯੂ ਐਂਡ ਐਜੂਕੇਟ ਯੂ ਔਨ ਯੋਰ ਫਾਈਨੈਂਸ਼ੀਅਲ ਕੰਸਰਨਸ। ਥੈਂਕ ਯੂ, ਬਾਏ। ਦਾਸ ਮਲਕੀ ਸਿੰਘ ਢੇਸੀ, ਅੱਜ 24 ਅਗਸਤ 2019 ਦੇ ਵਿੱਚ ਅੱਜ ਸਿੱਖ ਯੂਥ ਐਡਮਿੰਟਨ ਵੱਲੋਂ ਜੋ ਦਸਤਾਰ ਅਤੇ ਪਟੀਸ਼ਨ ਰੱਖੇ ਨੇ, ਅੱਜ ਉਹਦੇ ਵਿੱਚ ਠਾਠਾਂ ਮਾਰਦਾ ਇਕੱਠ ਸਿੱਖ ਸੰਗਤਾਂ ਦਾ ਇਕੱਠਾ ਹੋਇਆ ਆ, ਅਤੇ ਜਿਹਦੇ ਵਿੱਚ ਔਲਰੇਡੀ ਯਾਨੀ ਕਿ 1 ਤੋਂ 10 ਸਾਲ ਦੇ ਬੱਚੇ ਜਿਹੜੇ ਘਰੋਂ ਦਸਤਾਰ ਸਜਾ ਕੇ ਆਏ ਹਨ ਉਹਨਾਂ ਦਾ ਔਲਰੇਡੀ ਕੰਪੀਟੀਸ਼ਨ ਕੰਪਲੀਟ ਹੋ ਚੁੱਕਾ ਆ, ਅਤੇ ਹੁਣ ਜਿਹੜੇ 1 ਤੋਂ 15 ਸਾਲ ਦੇ ਨੇ ਉਹ ਹੁਣ ਟੈਂਟ ਦੇ ਵਿੱਚ ਪਹੁੰਚ ਗਏ ਆ, ਅਤੇ ਉਹ ਉੱਥੇ ਲਾਈਵ ਦਸਤਾਰਾਂ ਸਜਾਉਣਗੇ ਆ। ਅਤੇ ਇਸ ਤੋਂ ਪਹਿਲਾਂ ਯਾਨੀ ਕਿ ਸਟੇਜ ਦੇ ਉੱਤੇ ਕਮਿਸ਼ਨਰੀ ਜਥਾ, ਬੈਂਕ ਦਾ ਕਮਿਸ਼ਨਰੀ ਜਥਾ ਉਹ ਪਹੁੰਚਿਆ ਸੀ, ਅਤੇ ਉਸ ਤੋਂ ਬਾਅਦ ਯਾਨੀ ਕਿ ਗੁਰਪ੍ਰੀਤ ਸਿੰਘ ਲਾਂਡਰਾ ਜੋ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਵੈਨਕੋਵਰ ਤੋਂ ਪਹੁੰਚੇ ਨੇ। ਅੱਜ ਬਹੁਤ ਹੀ ਸੋਹਣਾ ਦਿਨ ਹੈ ਜਦੋਂ ਕਿ ਸਿੱਖ ਫੈਡਰੇਸ਼ਨ ਆਫ ਯੂਥ ਫੈਡਰੇਸ਼ਨ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਦਸਤਾਰ ਅਤੇ ਦਮਾਲਿਆਂ ਦਾ, ਜੋ ਕਿ ਬੜੇ ਹੀ ਸ਼ਲਾਘਾਯੋਗ ਕਦਮ ਹੈ। ਸਿੱਖ ਧਰਮ ਦੀ ਸੇਵਾ ਕਰ ਰਹੇ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ, ਵੱਡੇ ਵੱਡੇ ਕਮਿਸ਼ਨਰ ਅਤੇ ਢਾਡੀ ਜਥੇ ਇੱਥੇ ਪਹੁੰਚੇ ਹੋਏ ਹਨ, ਅਤੇ ਬੜੀ ਰੌਣਕ ਲੱਗੀ ਹੋਈ ਹੈ। ਖੁੱਲ੍ਹੇ ਪੰਡਾਲ ਦੇ ਵਿੱਚ ਦੀਵਾਨ ਸਜਿਆ ਹੋਇਆ ਹੈ, ਸਾਰੇ ਹੀ ਆਨੰਦ ਮਾਣ ਰਹੇ ਹਨ, ਇਹ ਵਧਾਈ ਦੇ ਪਾਤਰ ਹਨ। ਸਾਡੇ ਵੱਲੋਂ ਗੁਰਦੁਆਰਾ ਰਾਮਗੜੀਆ ਸਿੱਖ ਸੁਸਾਇਟੀ ਆਫ ਐਡਮਿੰਟਨ ਵੱਲੋਂ ਇਹਨਾਂ ਨੂੰ ਵਧਾਈ ਦਿੰਦੇ ਹਾਂ। ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ, ਅਤੇ ਇਸੇ ਤਰ੍ਹਾਂ ਦੇਸ਼ ਦੀ ਕੌਮ ਦੀ ਸੇਵਾ ਕਰਦੇ ਰਹਿਣ, ਤਾਂ ਇਹਨਾਂ ਨੂੰ ਹਰ ਮੈਦਾਨ ਹਰ ਕਾਰਜ ਸਤਿਗੁਰੂ ਫਤਿਹ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਾਡੀ ਜਥੇ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਐਡਮਿੰਟਨ ਕੈਨੇਡਾ ਦੀ ਧਰਤੀ ਦੇ ਉੱਤੇ ਸਿੱਖ ਯੂਥ ਆਫ ਐਡਮਿੰਟਨ ਵੱਲੋਂ ਹਰ ਸਾਲ ਦੀ ਤਰ੍ਹਾਂ ਦਸਤਾਰ ਮੁਕਾਬਲਾ ਅਤੇ ਦੁਮਾਲਾ ਮੁਕਾਬਲਾ ਕਰਵਾਇਆ ਜਾਂਦਾ ਆ, ਅੱਜ ਕਰਵਾਇਆ ਜਾ ਰਿਹਾ। 110 ਦਾ ਢਾਡੀ ਜਥਾ ਅਤੇ ਬੈਂਕਾ ਸਾਹਿਬ ਦਾ ਕਵੀਸ਼ਰੀ ਜਥਾ ਇਸ ਸਮਾਗਮ ਦੇ ਵਿੱਚ ਪਹੁੰਚਿਆ ਹੋਇਆ, ਬਹੁਤ ਵੱਡਾ ਮਾਣ ਆ। ਦਸਤਾਰ ਮੁਕਾਬਲੇ, ਦੁਮਾਲੇ ਮੁਕਾਬਲੇ ਜੋ ਕਿ ਸਿੱਖ ਵਿਰਸੇ ਦੇ ਨਾਲ ਸਾਡੇ ਨੌਜਵਾਨਾਂ ਨੂੰ ਜੋੜਨ ਦਾ ਵੱਡਾ ਉਪਰਾਲਾ ਆ, ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਆ ਕੇ ਕਵਰੇਜ ਕਰ ਰਹੇ ਆ। ਦੋ ਬੋਲ ਕੇ ਹੀਰਾ ਕੋਹੇ ਨੂਰ ਜਿਹਾ, ਜਿਵੇਂ ਮਿਲਦਾ ਨਹੀਂ ਜਾਗੇ ਉੱਤੇ ਕੋਈ, ਟੋਪੀ ਭਾਵੇਂ ਸੋਨੇ ਦੀ ਲੈ ਲਾ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ। ਦਿਲੋਂ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਸ ਟਾਈਮ ਅਸੀਂ ਐਡਮਿੰਟਨ ਸ਼ਹਿਰ 'ਚ ਹੈਗੇ ਹਾਂ, ਸਿੱਖ ਐਡਮਿੰਟਨ ਯੂਥ ਕਲੱਬ ਵੱਲੋਂ ਦਸਤਾਰ ਕੰਪੀਟੀਸ਼ਨ ਦੇ ਹੋ ਰਹੇ ਨੇ ਅੱਜ ਕੱਲ੍ਹ, ਅਤੇ ਮੈਂ ਜਿੱਦਾਂ ਬਿਲਕੁਲ ਨਵਾਂ ਹੀ ਆਏਗਾ ਇੱਥੇ, ਮੈਨੂੰ 3 ਮਹੀਨੇ ਹੋਏ ਨੇ ਆਇਆਂ ਨੂੰ। ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਵੱਲੋਂ, ਪੂਰੀ ਟੀਮ ਵੱਲੋਂ, ਸਾਰੇ ਜੱਜਿਸ ਵੱਲੋਂ, ਅਤੇ ਬਹੁਤ ਵਧੀਆ ਉਪਰਾਲਾ ਹੈਗਾ ਇਹ ਅੱਜ ਕੱਲ੍ਹ ਦੇ ਪੀੜ੍ਹੀ ਨੂੰ ਸਿੱਖ ਧਰਮ ਨਾਲ ਜੋੜਨ ਲਈ, ਨੀਹਾਂ ਮਜ਼ਬੂਤ ਕਰਨ ਲਈ। ਅੱਜ ਕੱਲ੍ਹ ਦੇ ਜਿਵੇਂ ਲੋਕ ਯੂਥ ਆਪਾਂ ਦੇਖਦੇ ਹਾਂ ਕਿ ਨਸ਼ੇ ਵੱਲ ਤੁਰਦੇ ਪਏ ਨੇ, ਜੇ ਆਪਾਂ ਛੋਟੇ ਬੱਚਿਆਂ ਨੂੰ ਛੋਟੇ ਹੁੰਦੇ ਆ ਤਾਂ ਇਹੋ ਜਿਹੀ ਸਿੱਖਿਆ ਦੇਵਾਂਗੇ, ਅਤੇ ਅੱਗੇ ਜਾ ਕੇ ਆਪਣੀ ਸਿੱਖ ਕੌਮ ਦਾ ਪੂਰਾ ਨਾਮ ਰੋਸ਼ਨ ਕਰਨਗੇ,
ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਵੱਡੇ ਆਪਣੇ ਵੱਡੇ ਵੀਰਾਂ ਦਾ, ਜਿਨ੍ਹਾਂ ਨੇ ਮੈਨੂੰ ਇਸ ਮੌਕਾ ਦਿੱਤਾ ਜੱਜਿੰਗ ਕਰਨ ਦਾ। ਅਤੇ ਮੇਰੇ ਕੋਲ ਸ਼ਬਦ ਨਹੀਂ ਹੈ, ਬਹੁਤ ਵਧੀਆ ਉਪਰਾਲਾ ਹੋ ਰਿਹਾ ਹੈ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਐਡਮਿੰਟਨ ਯੂਥ ਆਫ ਸਿੱਖ ਵੱਲੋਂ ਹਰੇਕ ਸਾਲ ਪੱਗਾਂ ਦਾ ਕੰਪੀਟੀਸ਼ਨ ਕਰਵਾਇਆ ਜਾਂਦਾ ਹੈ। ਜਿੱਦਾਂ ਤੁਸੀਂ ਦੇਖ ਸਕਦੇ ਹੋ, ਬੱਚਿਆਂ ਵਿੱਚ ਬਹੁਤ ਉਤਸ਼ਾਹਿਤ ਹੁੰਦੇ ਆ ਅਤੇ ਬੱਚੇ ਸਿੱਖੀ ਦੇ ਨਾਲ ਜੁੜਦੇ ਆ, ਸਾਡਾ ਇਹੀ ਉਪਰਾਲਾ ਆ। ਸੋ ਅਸੀਂ ਤਾਂ ਇਹੀ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਹਰੇਕ ਸਾਲ ਵੱਧ ਤੋਂ ਵੱਧ ਸਾਡੇ ਨਾਲ ਜੁੜੋ, ਬੱਚਿਆਂ ਨੂੰ ਪੱਗਾਂ ਬੰਨੋ ਸਿਖਾਲੋ ਅਤੇ ਜਿਹਦੇ ਨਾਲ ਆਪਾਂ ਸਿੱਖੀ ਦਾ ਹੋਰ ਪ੍ਰਚਾਰ ਕਰ ਸਕੀਏ। ਸੋ ਬਸ ਇੰਨੀ ਬੇਨਤੀ ਕਰਦੇ ਹੋਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਪ੍ਰੀਤ ਸਿੰਘ ਹੈਗਾ ਜੀ, ਮੈਂ ਮੋਰਗੇਜ ਬ੍ਰੋਕਰ ਹਾਂ ਮੋਰਗੇਜ ਅਲਾਇੰਸ ਦੇ ਨਾਲ। ਅਤੇ ਇੱਥੇ ਅੱਜ ਆਪਾਂ ਦਸਤਾਰ ਮੁਕਾਬਲੇ ਦੁਮਾਲੇ ਮੁਕਾਬਲੇ 'ਤੇ ਆਏ ਹੈਗੇ ਹਾਂ। ਅੱਜ ਸਾਰੇ ਸਿੱਖ ਸੰਗਤ ਅੱਜ ਇਕੱਠੀ ਹੋਈ ਹੈਗੀ ਹੈ ਅਤੇ ਪ੍ਰਬੰਧਕਾਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ, ਲਿਖਿਆ ਹੋਇਆ ਜੀ ਇੱਥੇ। ਮੈਂ ਪ੍ਰਬੰਧਕਾਂ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ ਦੇਣਾ ਚਾਹਾਂਗਾ ਕਿ ਬੱਚੇ ਇੱਥੇ ਆਪਣੇ ਸਿੱਖੀ ਵਿਰਸੇ ਨਾਲ ਜੁੜ ਰਹੇ ਨੇ, ਆ ਜਾ ਕੇ ਆਪਣੀ ਦਸਤਾਰ ਦੇ ਹੁਨਰ ਦਿਖਾ ਰਹੇ ਨੇ ਅਤੇ ਜਿੰਨੀ ਉਹਨਾਂ ਨੇ ਨਾਲ ਖੁਸ਼ੀਆਂ ਵੰਡ ਰਹੇ ਨੇ ਸਾਰਿਆਂ ਨਾਲ। ਉਹਨਾਂ ਦਾ ਜਿਹੜਾ ਪ੍ਰਬੰਧਕਾਂ ਦਾ ਜਿਹੜਾ ਪ੍ਰੋਗਰਾਮ ਲਿਖਿਆ ਹੋਇਆ ਬਹੁਤ ਸਫਲ ਹੈ ਅਤੇ ਮੈਂ ਬਾਕੀ ਹੋਰ ਆਉਣ ਵਾਲੇ ਸਾਲਾਂ ਵਿੱਚ ਵੀ ਸਿੱਖ ਸੰਗਤ ਨੂੰ ਬੇਨਤੀ ਕਰਾਂਗਾ ਕਿ ਹਰ ਸਾਲ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ, ਜ਼ਰੂਰ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਆਓ, ਸਿੱਖੀ ਵਿਰਸੇ ਦੇ ਨਾਲ ਜੋੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਇਕਜੋਤ ਸਿੰਘ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਵਾਂ। ਮੇਰੇ ਦਿਲ ਦੀ ਇੱਛਾ ਹੈਗੀ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈਗੀ ਹੈ। ਜਿਵੇਂ ਕਿ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਸਾਡਾ ਜਿਹੜਾ ਯੂਥ ਹੈਗਾ ਉਹ ਨਸ਼ਿਆਂ ਵੱਲ ਤੁਰ ਰਿਹਾ ਹੈਗਾ, ਉਹ ਲੋਕ ਜਿਵੇਂ ਸਿਗਰਟਾਂ ਪੀ ਰਹੇ ਨੇ, ਗਲਤ ਕੰਮ ਕਰ ਰਹੇ ਨੇ, ਟੋਪੀਆਂ ਪਾ ਰਹੇ ਨੇ, ਕੇਸ ਕਤਲ ਕਰਾ ਰਹੇ ਨੇ। ਅਤੇ ਮੈਂ ਸਾਨੂੰ ਸਾਰਿਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੀ ਸਾਡੀ ਸਰਦਾਰੀ ਹੈਗੀ ਹੈ, ਸਾਨੂੰ ਬੜੀਆਂ ਕੁਰਬਾਨੀਆਂ ਕਰਕੇ ਮਿਲੀ ਹੈਗੀ ਹੈ। ਜੋ ਅੱਜ ਅਸੀਂ ਦਸਤਾਰ ਸਜਾ ਰਹੇ ਹਾਂ, ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ, ਉਹਨਾਂ ਨੇ ਆਪਣੇ ਪਰਿਵਾਰ ਦਾ ਬਲੀਦਾਨ ਦਿੱਤਾ, ਆਪਣਾ ਵਾਰ ਦਿੱਤਾ ਸਿਰਫ ਸਾਡੇ ਕਰਕੇ, ਅਤੇ ਅਸੀਂ ਉਹਨਾਂ ਦੀ ਸਿੱਖਿਆ ਨੂੰ ਭੁੱਲ ਕੇ ਗਲਤ ਰਾਹ ਤੁਰ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਇੱਕ ਸੰਦੇਸ਼ ਇਸ ਪੱਗ ਰਾਹੀਂ ਦੇਣਾ ਚਾਹੁੰਦਾ ਵਾਂ ਕਿ ਮੈਂ ਜਦੋਂ ਛੋਟਾ ਹੁੰਦਾ ਸੀਗਾ, ਮੈਨੂੰ ਵੀ ਸ਼ੌਂਕ ਸੀਗਾ ਪੱਗ ਬੰਨਣ ਦਾ, ਸਿੱਖ ਇਤਿਹਾਸ ਨਾਲ ਜੁੜੇ ਸੀਗੇ ਆਪਾਂ। ਅਤੇ ਹੌਲੀ ਹੌਲੀ ਜਿਵੇਂ ਅੱਗੇ ਵੱਧਦੇ ਗਏ, ਲੋਕਾਂ ਵੱਲ ਦੇਖਦੇ ਗਏ, ਸਾਡੀ ਪੱਗ ਇੰਪਰੂਵ ਹੁੰਦੀ ਗਈ। ਅੱਜ ਤੁਹਾਡੇ ਸਾਹਮਣੇ ਇੱਦਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ, ਮੈਂ ਤਾਂ ਕੁਛ ਵੀ ਨਹੀਂ ਹੈਗਾ, ਮਾਰਿਆਂ ਦੀ ਕਿਰਪਾ ਨਾਲ ਦਸਤਾਰ ਸਜਾਈ ਹੈ। ਅਤੇ ਮੈਂ ਚਾਹੁੰਦਾ ਕਿ ਦਸਤਾਰ ਨੂੰ ਦੇਖ ਕੇ ਕਾਫੀ ਸਾਰੇ ਲੋਕ ਇੰਸਪਾਇਰ ਹੋਣ, ਪ੍ਰਭਾਵਿਤ ਹੋਣ ਅਤੇ ਆਪਣੇ ਸਿਰ 'ਤੇ ਦਸਤਾਰ ਸਜਾਉਣ, ਅਤੇ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਹੈਗੀ ਹੈ ਉਹ ਵੀ ਸਿੱਖ ਇਤਿਹਾਸ ਨਾਲ ਜੁੜ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।